ਦਿਨੋਂ ਦਿਨ ਹੱਦ ਹੁੰਦੀ ਜਾ ਰਹੀ ਆ, ਹੱਦੋਂ ਵੱਧ ਹੁੰਦੀ ਜਾ ਰਹੀ ਆ। ਹਲੇ 24 ਦਿਨ ਨਹੀਂ ਹੋਏ ਵਿਆਹ ਹੋਏ ਨੂੰ ਕਿ ਗੁੱਸੇ 'ਚ ਆ ਕੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਕਤਲ ਕਰ ਦਿੱਤਾ। ਇਹ ਘਟਨਾ ਸਾਹਮਣੇ ਆ ਰਹੀ ਆ ਜੀ ਬਰਨਾਲਾ ਦੇ ਨਰਾਇਣਗੜ੍ਹ ਸੂਹੀਆਂ ਪਿੰਡ ਤੋਂ, ਜਿੱਥੇ ਪਤੀ ਪਤਨੀ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਹੋਇਆ ਅਤੇ ਤਕਰਾਰ ਇੱਥੋਂ ਤੱਕ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਦੇ ਗਲੇ ਉੱਤੇ ਤੇਜ਼ਧਾਰ ਹਥਿਆਰ ਨਾਲ ਇੰਨੇ ਵਾਰ ਕੀਤੇ ਕਿ ਪਤਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹ ਜੋੜੇ ਦਾ ਵਿਆਹ ਪਿਛਲੀ 25 ਅਗਸਤ ਨੂੰ ਹੋਇਆ ਸੀ। ਹਲੇ ਵਿਆਹ ਨੂੰ 24 ਦਿਨ ਹੀ ਬੀਤੇ ਆ। ਇਹ ਵੀ ਦੱਸਿਆ ਜਾ ਰਿਹਾ ਕਿ ਕੁੜੀ ਨੇ ਆਈਲੈਟਸ ਕੀਤਾ ਹੋਇਆ ਅਤੇ ਕੁੜੀ ਨੇ ਜਨਵਰੀ ਵਿੱਚ ਕਨੇਡਾ ਜਾਣਾ ਸੀ, ਉਹਦਾ ਵੀਜ਼ਾ ਆ ਚੁੱਕਾ ਏ। ਦੱਸਿਆ ਜਾ ਰਿਹਾ ਕਿ ਇਹ ਘਟਨਾ ਅੱਜ 2:30 ਵਜੇ ਵਾਪਰੀ। ਜਦੋਂ ਇਹ ਜੋੜਾ ਆਪਣੇ ਕਮਰੇ ਵਿੱਚ ਸੀ ਤਾਂ ਕਮਰੇ ਵਿੱਚ ਇਹ ਕੋਈ ਗੱਲਬਾਤ ਕਰ ਰਹੇ ਸੀ ਜਿਹਨੂੰ ਲੈ ਕੇ ਇਹਨਾਂ ਦਾ ਕੋਈ ਤਕਰਾਰ ਹੋਇਆ। ਤਕਰਾਰਬਾਜ਼ੀ ਇੱਥੋਂ ਤੱਕ ਵਧੀ ਕਿ ਮੁੰਡੇ ਨੇ ਆਪਣੇ ਘਰਵਾਲੀ 'ਤੇ ਹਮਲਾ ਕਰ ਦਿੱਤਾ ਅਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁੰਡੇ ਦੇ ਪਿੰਡ ਦਾ ਸਰਪੰਚ ਕਹਿ ਰਿਹਾ ਸੀ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਇਸ ਪਰਿਵਾਰ ਨੇ ਮੈਨੂੰ ਬੁਲਾਇਆ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਕੁਝ ਪਤਾ ਨਹੀਂ ਲੱਗਾ, ਜਦੋਂ ਸਾਡਾ ਮੁੰਡਾ ਮੋਟਰਸਾਈਕਲ ਸਟਾਰਟ ਕਰਕੇ ਬਾਹਰ ਜਾਣ ਲੱਗਾ, ਭੱਜ ਰਿਹਾ ਸੀ ਘਰੋਂ, ਤਦ ਸਾਨੂੰ ਇਸ ਪੂਰੀ ਵਾਰਦਾਤ ਦਾ ਪਤਾ ਲੱਗਾ ਤਾਂ ਤੁਰੰਤ ਕਹਿੰਦਾ ਉਹਨਾਂ ਨੇ ਮੈਨੂੰ ਆਪਣੇ ਘਰ ਬੁਲਾ ਲਿਆ। ਮੌਕੇ 'ਤੇ ਪੁਲਿਸ ਪਹੁੰਚੀ। ਪੁਲਿਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਵਾਸਤੇ ਬਰਨਾਲਾ ਦੇ ਹਸਪਤਾਲ ਵਿੱਚ ਭੇਜ ਦਿੱਤਾ। ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਲੇ ਕੁਝ ਹੀ ਦਿਨ ਹੋਏ ਸੀ ਵਿਆਹ ਹੋਏ ਨੂੰ, ਪਰ ਪਤੀ ਕੁੜੀ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ। ਅਕਸਰ ਹੀ ਉਹਨੂੰ ਅਸੀਂ ਸਮਝਾਉਂਦੇ ਰਹਿੰਦੇ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਆਖਰ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਕੁੜੀ ਦੇ ਭਰਾ ਦਾ ਕਹਿਣਾ ਹੈ ਕਿ ਕੁੜੀ ਦੇ ਗਲੇ ਉੱਤੇ ਕਾਫੀ ਜ਼ਿਆਦਾ ਵਾਰ ਕੀਤੇ ਹੋਏ ਸੀ, ਉਹਨੇ ਬੜੀ ਬੇਰਹਿਮੀ ਨਾਲ ਸਾਡੀ ਭੈਣ ਨੂੰ ਕਤਲ ਕੀਤਾ। ਕੁੜੀ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ, ਕਹਿੰਦੇ ਉਹਨੇ ਸਾਡੀ ਫੁੱਲਾਂ ਵਰਗੀ ਧੀ ਮਿੰਟੋ ਮਿੰਟੀ ਮੌਤ ਦੇ ਘਾਟ ਉਤਾਰ ਦਿੱਤੀ। ਕੁੜੀ ਦਾ ਪੇਕਾ ਪਰਿਵਾਰ ਲੱਖਾ ਪਿੰਡ ਤੋਂ ਦੱਸਿਆ ਜਾ ਰਿਹਾ ਏ ਅਤੇ ਉਹਨਾਂ ਦੇ ਕੁਝ ਕਰੀਬੀ ਰਿਸ਼ਤੇਦਾਰਾਂ ਦਾ ਕਹਿਣਾ ਕਿ ਕੁੜੀ ਦਾ ਜਿਹੜਾ ਪਰਿਵਾਰ ਆ ਉਹ ਬਹੁਤ ਹੀ ਸਾਊ ਪਰਿਵਾਰ ਆ, ਨਰਮ ਬੰਦੇ ਨੇ, ਉਹਨਾਂ ਨਾਲ ਇਹ ਬਹੁਤ ਵੱਡਾ ਧੱਕਾ ਹੋਇਆ। ਕੁੜੀ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਇਹ ਘਟਨਾਵਾਂ ਇੰਨੇ ਵੱਡੇ ਪੱਧਰ 'ਤੇ ਵਾਪਰ ਕਿਉਂ ਰਹੀਆਂ? ਬੰਦੇ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ, ਮਿੰਟੋ ਮਿੰਟੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਆਏ ਦਿਨ ਸ਼ਰੇਆਮ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ। ਆਖਿਰ ਕੀ ਕਾਰਨ ਹੈ ਕਿ ਪੁਲਿਸ ਦਾ, ਪ੍ਰਸ਼ਾਸਨ ਦਾ, ਲੋਕ ਮਨਾਂ ਅੰਦਰ ਕੋਈ ਡਰ ਭੈ ਰਹਿ ਹੀ ਨਹੀਂ ਗਿਆ? ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਕਿ ਪੁਲਿਸ ਪ੍ਰਸ਼ਾਸਨ ਇਹਨਾਂ ਮਾਮਲਿਆਂ ਵਿੱਚ ਚੰਗੀ ਤਰ੍ਹਾਂ ਕਾਰਵਾਈ ਨਹੀਂ ਕਰਦੀ, ਉਹ ਕਿਤੇ ਨਾ ਕਿਤੇ ਪੈਸੇ ਲੈ ਦੇ ਕੇ ਇੱਧਰ ਉੱਧਰ ਭੁਗਤ ਜਾਂਦੀ ਆ, ਜਿਹਦੇ ਕਰਕੇ ਜਿਹੜੇ ਦੋਸ਼ੀ ਆ ਉਹ ਸ਼ਰੇਆਮ ਘੁੰਮਦੇ ਰਹਿੰਦੇ ਨੇ। ਉਹਨਾਂ ਨੂੰ ਦੇਖ ਕੇ, ਉਹ ਦੋਸ਼ੀਆਂ ਦੇ ਤਾਂ ਖੁਦ ਦੇ ਹੌਸਲੇ ਵੱਧਦੇ ਹੀ ਵੱਧਦੇ ਨੇ, ਉਹਨਾਂ ਨੂੰ ਦੇਖ ਕੇ ਕਈ ਹੋਰ ਜਿਹੜੇ ਇੱਦਾਂ ਦੇ ਆਂਸਰ ਹੁੰਦੇ ਨੇ ਉਹਨਾਂ ਦੇ ਵੀ ਹੌਸਲੇ ਵੱਧਦੇ ਰਹਿੰਦੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਕਿ ਅਸੀਂ ਨਿੱਕੀ ਨਿੱਕੀ ਗੱਲ ਤੋਂ ਇੱਕ ਦੂਜੇ ਨੂੰ ਮਾਰਨ ਲੱਗ ਪਏ? ਹਰ ਰੋਜ਼ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਪਿਛਲੇ ਦਿਨੀ ਵੀ ਹਲੇ ਇੱਕ ਘਟਨਾ ਸਾਹਮਣੇ ਆਈ ਆ ਕਿ ਇੱਕ ਪੂਰੇ ਪਰਿਵਾਰ ਨੇ ਰਲ ਕੇ ਆਪਣੇ ਪਿਤਾ ਨੂੰ ਮੌਤ ਦੇ ਘਾਟ ਉਤਾਰਤਾ, ਕਿਉਂਕਿ ਉਹਨਾਂ ਦੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਲੜਕੀ ਨੇ ਘਰ ਵਿੱਚ ਥੋੜ੍ਹਾ ਜਿਹਾ ਉਹ ਨਾਰਾਜ਼ ਹੋਈ, ਆਪਣੇ ਭਰਾਵਾਂ ਨਾਲ ਕੋਈ ਗੁੱਸਾ ਗਿਲਾ ਹੋਇਆ, ਉਹਨੇ ਜਾ ਕੇ ਨਹਿਰ 'ਚ ਛਾਲ ਮਾਰਤੀ। ਉਹਨੂੰ ਬਚਾਉਣ ਦੇ ਚੱਕਰ 'ਚ ਭਰਾ ਨੇ ਵੀ ਛਾਲ ਮਾਰੀ ਅਤੇ ਦੋਨੇ ਭੈਣ ਭਰਾਵਾਂ ਦੀ ਮੌਤ ਹੋ ਗਈ। ਅੱਜ ਵੀ ਅਜਿਹੀਆਂ ਹੀ ਘਟਨਾਵਾਂ ਸਾਹਮਣੇ ਆਈਆਂ। ਇੱਕ ਘਟਨਾ ਸਾਹਮਣੇ ਆਈ ਆ ਸਰਦੂਲਗੜ੍ਹ ਤੋਂ, ਜਿੱਥੇ ਗੁੱਸੇ ਵਿੱਚ ਆ ਕੇ
ਪਿਤਾ ਨੇ ਮਾਂ ਨਾਲ ਨਾਰਾਜ਼ ਚੱਲਦਾ ਸੀ, ਉਹਨਾਂ ਦਾ ਲੜਾਈ ਝਗੜਾ ਹੋ ਕੇ ਅਲੱਗ ਅਲੱਗ ਰਹਿੰਦੇ ਸੀ, ਜਿਹਦੇ ਤੋਂ ਗੁੱਸਾ ਖਾ ਕੇ, ਈਰਖਾ ਖਾ ਕੇ ਪਿਤਾ ਨੇ ਜਿਹੜਾ ਆਪਦਾ ਮਤਰੇਆ ਪੁੱਤ ਸੀ 11 ਸਾਲਾਂ ਦਾ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਤਲਬ ਸਾਡੇ ਗੁੱਸੇ ਕਿੱਥੋਂ ਤੱਕ ਵੱਧ ਗਏ ਆ ਕਿ ਅਸੀਂ ਨਿੱਕੀ ਨਿੱਕੀ ਗੱਲ 'ਤੇ ਇੰਨਾ ਗੁੱਸਾ, ਇੰਨੀ ਕੜੱਤਣ ਆਪਣੇ ਮਨਾਂ ਵਿੱਚ, ਇੰਨੀ ਜ਼ਹਿਰ ਭਰ ਲਈ ਆ, ਅਸੀਂ ਉਹਨੂੰ ਕੱਢਣ ਵਾਸਤੇ ਅਗਲੇ ਦਾ ਕਤਲ ਹੀ ਕਰ ਦਿੰਦੇ ਹਾਂ। ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਜਾ ਰਿਹਾ, ਸਮਝ ਨਹੀਂ ਆਉਂਦੀ ਕਿੰਨਾਂ ਰਿਸ਼ਤਿਆਂ 'ਤੇ, ਕਿਹੜਿਆਂ ਰਿਸ਼ਤਿਆਂ 'ਤੇ ਇਤਬਾਰ ਕਰੀਏ। ਜੇ ਗੱਲ ਭੈਣ ਭਰਾ ਦੀ ਕਰੀਏ ਤਾਂ ਕੱਲ੍ਹ ਇੱਕ ਪਰਸੋਂ ਇੱਕ ਭੈਣ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਭਰਾ ਦਾ ਕਤਲ ਕਰ ਦਿੱਤਾ। ਜੇ ਗੱਲ ਮਾਂ ਪਿਓ ਦੀ ਜਾਂ ਪਿਤਾ ਦੀ ਅਤੇ ਪੁੱਤ ਦੀ ਕਰੀਏ ਤਾਂ ਉਹ ਵੀ ਹਰ ਰੋਜ਼ ਘਟਨਾਵਾਂ ਸਾਹਮਣੇ ਆਉਂਦੀਆਂ, ਕਿਤੇ ਪਿਤਾ ਆਪਣੇ ਪੁੱਤ ਨੂੰ ਮਾਰ ਦਿੰਦਾ ਅਤੇ ਕਿਤੇ ਪੁੱਤ ਆਪਣੇ ਪਿਤਾ ਨੂੰ ਮਾਰ ਦਿੰਦਾ। ਜੇ ਮਾਂ ਪੁੱਤ ਦੀ ਗੱਲ ਕਰੀਏ ਤਾਂ ਅਜਿਹੀਆਂ ਕਿੰਨੀਆਂ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿੱਥੇ ਮਾਂ ਪੁੱਤਾਂ ਨੇ ਆਪਦੀਆਂ ਮਾਵਾਂ ਕਤਲ ਕਰਤੀਆਂ ਅਤੇ ਮਾਵਾਂ ਨੇ ਆਪਦੇ ਆਸ਼ਕਾਂ ਨਾਲ ਰਲ ਕੇ ਆਪਣੇ ਬੱਚਿਆਂ ਨੂੰ, ਆਪਣੇ ਪੁੱਤ ਨੂੰ, ਆਪਣੀਆਂ ਧੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਤਲਬ ਇਹ ਆ ਕਿ ਦਿਮਾਗ ਇਹਨਾਂ ਸੋਚਾਂ ਵਿੱਚ ਰਹਿੰਦਾ ਕਿ ਆਖਰ ਕਿਹੜੇ ਰਿਸ਼ਤਿਆਂ 'ਤੇ ਯਕੀਨ ਕੀਤਾ ਜਾਵੇ। ਅਤੇ ਜੇ ਪਤੀ ਪਤਨੀ ਦੀਆਂ ਤਾਂ ਨਿੱਤ ਹੀ ਇੱਥੇ ਵਾਰਦਾਤਾਂ ਹੁੰਦੀਆਂ, ਪਤੀ ਪਤਨੀ ਵਿੱਚ ਤਾਂ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਜਿੱਥੇ ਕਿਤੇ ਪਤੀ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਅਤੇ ਕਿਤੇ ਪਤਨੀ ਆਪਣੇ ਪਤੀ ਦਾ ਕਤਲ ਕਰ ਦਿੰਦੀ ਆ। ਅਤੇ ਜੇਕਰ ਉਹਨਾਂ ਦੀ ਗੱਲ ਦੇਖੀ ਜਾਵੇ ਕਿ ਉਹਨਾਂ ਵਿੱਚ ਗੱਲ ਕੀ ਹੋਈ, ਘਟਨਾ ਕੀ ਵਾਪਰੀ, ਕਿਹੜੀ ਇਹੋ ਜਿਹੀ ਗੱਲ ਸੀ ਜਿਹਦੇ ਕਰਕੇ ਉਹਨਾਂ ਨੂੰ ਇੱਕ ਦੂਜੇ ਦਾ ਕਤਲ ਕਰਨਾ ਪਿਆ, ਜੇਕਰ ਇਹਨਾਂ ਦੀ ਘੋਖ ਪੜਤਾਲ ਕੀਤੀ ਜਾਵੇ ਤਾਂ ਗੱਲ ਅਸਲੋਂ ਹੀ ਕੋਈ ਛੋਟੀ ਜਿਹੀ ਹੁੰਦੀ ਆ ਜਿਹਦੇ ਕਰਕੇ ਕਤਲ ਕਰ ਦਿੱਤਾ ਗਿਆ ਹੁੰਦਾ। ਸਾਡੇ ਸਮਾਜ 'ਚੋਂ ਜਿਵੇਂ ਜਿਵੇਂ ਸਾਂਝੇ ਪਰਿਵਾਰ ਟੁੱਟੇ, ਲੋਕ ਕਹਿਰੇ ਕਹਿਰੇ ਇਕੱਲੇ ਇਕੱਲੇ ਰਹਿਣ ਲੱਗੇ, ਇੱਕ ਛੋਟੇ ਛੋਟੇ ਪਰਿਵਾਰਾਂ ਵਿੱਚ ਵੰਡੇ ਗਏ, ਇੰਟਰਨੈੱਟ ਆ ਗਿਆ, ਮੋਬਾਈਲਾਂ ਨਾਲ ਜੁੜ ਕੇ, ਉਵੇਂ ਉਵੇਂ ਜਿਹੜੀਆਂ ਇਹ ਘਟਨਾਵਾਂ ਵਧਣ ਲੱਗੀਆਂ। ਜਿਹੜੀ ਅਸਹਿਣਸ਼ੀਲਤਾ ਸਾਡੇ ਮਨਾਂ ਵਿੱਚ ਬਹੁਤ ਜ਼ਿਆਦਾ ਵੱਧ ਗਈ ਆ ਜਿਹਦੇ ਕਰਕੇ ਹਰ ਰੋਜ਼ ਇਹ ਘਟਨਾਵਾਂ ਵਾਪਰਦੀਆਂ ਨੇ। ਪਹਿਲਾਂ ਸਾਂਝੇ ਪਰਿਵਾਰ ਸੀ ਤਾਂ ਇੱਕ ਮੁਖੀ ਹੁੰਦਾ ਸੀ, ਮੁਖੀ ਦਾ ਇੱਕ ਡਰ ਭੈ ਹੁੰਦਾ ਸੀ, ਸਾਰਿਆਂ ਦੇ ਉੱਤੇ ਉਸ ਮੁਖੀ ਦਾ ਪ੍ਰਭਾਵ ਰਹਿੰਦਾ ਸੀ। ਪਰ ਜਿਵੇਂ ਜਿਵੇਂ ਇਕੱਲੇ ਇਕੱਲੇ ਪਰਿਵਾਰ ਹੋ ਗਏ, ਇਕੱਲੇ ਇੱਕ ਦੂਜੇ ਨੂੰ, ਮਤਲਬ ਜ਼ਮਾਨਾ ਇਹ ਆ ਗਿਆ, ਪੂੰਜੀਵਾਦ ਨੇ ਸਾਨੂੰ ਇੱਥੋਂ ਤੱਕ ਆਪਦੀ ਜਕੜ ਵਿੱਚ ਜਕੜ ਲਿਆ ਕਿ ਸਾਡੇ ਕੋਲ, ਮਾਂ ਪਿਓ ਕੋਲ ਧੀਆਂ ਪੁੱਤਾਂ ਵਾਸਤੇ ਟਾਈਮ ਨਹੀਂ ਅਤੇ ਧੀਆਂ ਪੁੱਤਾਂ ਕੋਲ ਮਾਂ ਪਿਓ ਵਾਸਤੇ ਟਾਈਮ ਨਹੀਂ, ਇੰਨਾ ਅਸੀਂ ਇਕੱਲੇ ਇਕੱਲੇ ਹੋ ਗਏ ਹਾਂ। ਹਰ ਫੈਸਲਾ ਅਸੀਂ ਆਪਣੇ ਆਪ ਇਕੱਲਿਆਂ ਨੇ ਲੈਣਾ ਹੁੰਦਾ, ਜਿਹਦੇ ਕਰਕੇ ਜਿਹੜੀਆਂ ਇਹ, ਮਤਲਬ ਹੁਣ ਜਦੋਂ ਇੱਕ ਵਿਆਹ ਦੇ ਬੰਧਨ ਵਿੱਚ ਵੀ ਵੱਜਦੇ ਆ ਨਾ ਲੋਕ, ਜਿਹੜਾ ਇੱਕ ਰਿਸ਼ਤਾ ਬਹੁਤ ਪਿਆਰ ਦਾ ਸਮਝਿਆ ਜਾਂਦਾ ਸੀ, ਅਤੇ ਉਹਦੇ ਵਿੱਚ ਵੀ ਹੁਣ ਇਹ ਘਟਨਾਵਾਂ ਵੱਧਦੀਆਂ ਜਾਂਦੀਆਂ। ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਕਿ ਬਰਨਾਲਾ ਦੇ ਨਰਾਇਣਗੜ੍ਹ ਸੋਹੀਆਂ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿਹੜੀ ਬੇਹੱਦ ਦੁਖਦਾਇਕ ਘਟਨਾ, ਕਿ ਇੱਕ ਜੋੜੇ ਦਾ ਵਿਆਹ ਪਿਛਲੇ 25 ਅਗਸਤ ਨੂੰ ਹੋਇਆ ਸੀ। ਉਹ ਜੋੜਾ ਕੱਲ੍ਹ, ਮਤਲਬ ਉਹਨਾਂ ਵਿੱਚ ਕੋਈ ਤਕਰਾਰਬਾਜ਼ੀ ਹੋਈ, ਲੜਾਈ ਹੋਈ ਕਿ ਲੜਕੇ ਨੇ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੜਕੇ ਨੇ ਲੜਕੀ ਦੇ ਗਲ ਉੱਪਰ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕੀਤਾ, ਜਿਹਦੇ ਕਰਕੇ ਲੜਕੀ ਦੀ ਜਾਨ ਚਲੀ ਗਈ। ਲੜਕੀ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਅਤੇ ਉਹ ਸਰਕਾਰ ਪਾਸੋਂ, ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕਰ ਰਹੇ।